ਪੰਜਾਬੀ ਕੋਚਿੰਗ ਚੈਨਲ ਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ। ਦੋਸਤੋ, ਅਸੀਂ ਕੱਲ ਗੱਲ ਕੀਤੀ ਸੀ ਸਾਹਿਤ ਕੀ ਹੈ, ਸਾਹਿਤ ਦੀ ਪਰਿਭਾਸ਼ਾ ਬਾਰੇ ਗੱਲ ਕੀਤੀ ਸੀ, ਨਾਲ ਦੀ ਨਾਲ ਦੱਸਿਆ ਸੀ ਕਿ ਸਾਹਿਤ ਦੇ ਕਿਹੜੇ ਕਿਹੜੇ ਤੱਤ ਹੁੰਦੇ ਆ। ਤਾਂ ਤੁਹਾਡੇ ਸਿਲੇਬਸ ਦੇ ਵਿੱਚ, ਖਾਸ ਕਰਕੇ UGC ਨੈੱਟ ਪੰਜਾਬੀ ਦੇ ਸਿਲੇਬਸ ਦੇ ਵਿੱਚ, ਸਾਨੂੰ ਇੱਕ ਹੋਰ ਗੱਲ ਮੈਂਸ਼ਨ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸਾਹਿਤ ਅਤੇ ਹੋਰ ਅਨੁਸ਼ਾਸਨ, ਭਾਵ ਕਿ ਸਾਹਿਤ ਦਾ ਹੋਰ ਅਨੁਸ਼ਾਸਨਾਂ ਦੇ ਨਾਲ, ਹੋਰ ਗਿਆਨ ਪੱਧਤੀਆਂ ਦੇ ਨਾਲ ਕੀ ਸੰਬੰਧ ਹੈ, ਇਹ ਅਸੀਂ ਦੱਸਣਾ। ਉਹਦੇ ਵਿੱਚ ਅਸੀਂ ਦੱਸਣਾ ਸਾਹਿਤ ਅਤੇ ਸਮਾਜ ਦਾ ਸੰਬੰਧ, ਸਾਹਿਤ ਅਤੇ ਭਾਸ਼ਾ, ਸਾਹਿਤ ਅਤੇ ਮਨੋਵਿਗਿਆਨ, ਸਾਹਿਤ ਅਤੇ ਧਰਮ। ਤਾਂ ਅੱਜ ਸਾਡਾ ਟੌਪਿਕ ਰਹੂਗਾ ਸਾਹਿਤ ਅਤੇ ਸਮਾਜ। ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਡਾ ਇਸ ਨਾਲ ਸੰਬੰਧਿਤ ਕੋਈ ਵੀ ਪ੍ਰਸ਼ਨ ਪੇਪਰ ਦੇ ਵਿੱਚ ਗਲਤ ਨਾ ਹੋ ਸਕੇ। ਤਾਂ ਇਹ ਟੌਪਿਕ ਬੇਸਿਕਲੀ ਬਹੁਤ ਹੀ ਸੌਖਾ ਟੌਪਿਕ ਹੈ ਸਾਹਿਤ ਦੇ ਵਿਦਿਆਰਥੀਆਂ ਦੇ ਲਈ, ਖਾਸ ਕਰਕੇ ਕਾਰਨ ਇਹਦਾ ਇਹ ਹੈ ਕਿਉਂਕਿ ਕੱਲ੍ਹ ਜਦੋਂ ਅਸੀਂ ਸਾਹਿਤ ਦੀ ਪਰਿਭਾਸ਼ਾ ਪੜ੍ਹੀ ਸੀ ਵੀਡੀਓ ਦੇ ਵਿੱਚ, ਤਾਂ ਅਸੀਂ ਇੱਕ ਗੱਲ ਕੀਤੀ ਸੀ ਕਿ ਸਾਹਿਤ ਜਿਹੜਾ ਉਹ ਸਮਾਜ ਦਾ ਪ੍ਰਤੀਬਿੰਬ ਹੈ ਜਾਂ ਸਮਾਜ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਕਿਵੇਂ ਵਾਪਰਨੀਆਂ ਚਾਹੀਦੀਆਂ ਸੀ ਜਾਂ ਕਿਉਂ ਵਾਪਰੀਆਂ। ਕਹਿਣ ਦਾ ਭਾਵ ਕਿ ਸਾਹਿਤ ਦੇ ਜੋ ਵਿਸ਼ੇ ਹੁੰਦੇ ਆ ਉਹ ਸਮਾਜ ਵਿੱਚੋਂ ਹੀ ਲਏ ਗਏ ਹੁੰਦੇ ਆ। ਤਾਂ ਇਸ ਕਰਕੇ ਸਾਹਿਤ ਜੋ ਹੈ ਉਹ ਸਮਾਜ ਦੇ ਨਾਲ ਬਹੁਤ ਡੂੰਘੀ ਤਰ੍ਹਾਂ ਜੁੜਿਆ ਹੋਇਆ। ਜਿਹੜਾ ਸਾਹਿਤ ਹੈ ਉਹ ਆਪਦਾ ਰੂਪ ਹੀ ਸਮਾਜ ਤੋਂ ਧਾਰਦਾ ਹੈ। ਤਾਂ ਇਸ ਗੱਲ ਨੂੰ ਕਹਿਣ ਦਾ ਕੀ ਭਾਵ ਹੈ ਕਿ ਸਾਹਿਤ ਦੇ ਜਿਹੜੇ ਵਿਸ਼ੇ ਹੈ ਉਹ ਸਮਾਜ ਤੋਂ ਹੀ ਲਏ ਜਾਂਦੇ ਆ। ਠੀਕ ਹੈ, ਪਹਿਲਾ ਸਾਡਾ ਪੁਆਇੰਟ ਇਹ ਹੋਊਗਾ ਕਿ ਸਾਹਿਤ ਦੇ ਵਿਸ਼ੇ ਸਮਾਜ ਤੋਂ ਲਏ ਜਾਂਦੇ ਹਨ। ਕਹਿਣ ਦਾ ਭਾਵ ਕਿ ਸਾਹਿਤ ਦੇ ਵਿੱਚ ਸਾਹਿਤਕਾਰ ਜੋ ਗੱਲ ਕਰਦਾ ਹੈ ਉਹ ਸਾਰੀ ਗੱਲ ਜਿਹੜੀ ਸਮਾਜ ਦੇ ਨਾਲ ਜੁੜੀ ਹੁੰਦੀ ਹੈ। ਅਸਲ ਦੇ ਵਿੱਚ ਜੇਕਰ ਕੋਈ ਸਾਹਿਤਕਾਰ ਨਿਰੀਆਂ ਸਮਾਜ ਤੋਂ ਬਾਹਰ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਕੋਈ ਵੀ ਉਹਦਾ ਸਾਹਿਤ ਪੜ੍ਹਨਾ ਪਸੰਦ ਨਹੀਂ ਕਰੂਗਾ। ਕੱਲ੍ਹ ਵੀ ਜਿਵੇਂ ਗੱਲ ਹੋਈ ਸੀ ਕਿ ਸਾਹਿਤ ਕਲਿਆਣਕਾਰੀ ਤਾਂ ਹੀ ਹੋ ਸਕਦਾ ਜੇਕਰ ਉਹ ਲੋਕਾਂ ਦੀ ਗੱਲ ਕਰਦਾ, ਜੇਕਰ ਉਹ ਲੋਕਾਂ ਨਾਲ ਜੁੜਿਆ ਹੋਇਆ, ਲੋਕਾਂ ਦਾ ਭਲਾ ਕਰਦਾ। ਤਾਂ ਇਸ ਕਰਕੇ ਵੀ ਸਾਹਿਤ ਆਪਦੇ ਵਿਸ਼ੇ ਸਾਰੇ ਸਮਾਜ ਤੋਂ ਲੈਂਦਾ। ਜਿਹੜੀ ਵੀ ਗੱਲ ਵਾਪਰ ਰਹੀ ਹੈ, ਚਾਹੇ ਉਹ ਕੋਈ ਬੁਰਾਈ ਵਾਪਰ ਰਹੀ ਹੈ, ਚਾਹੇ ਉਹ ਕੋਈ ਚੰਗਿਆਈ ਵਾਪਰ ਰਹੀ ਹੈ, ਚਾਹੇ ਕੋਈ ਰਾਜਨੀਤਿਕ ਉਥਲ ਪੁਥਲ ਹੋ ਰਹੀ ਹੈ, ਸਾਹਿਤਕਾਰ ਨੇ ਆਪਣਾ ਵਿਸ਼ਾ ਸਾਹਿਤ ਤੋਂ ਹੀ ਚੁਣਨਾ ਹੁੰਦਾ। ਅਤੇ ਦੂਜੀ ਗੱਲ, ਜਿਹੜਾ ਸਾਹਿਤ ਹੈ ਉਹ ਇੱਕ ਮਨੁੱਖੀ ਘਟਨਾ ਹੈ। ਕਹਿਣ ਦਾ ਭਾਵ ਕਿ ਪਸ਼ੂਆਂ ਦਾ ਆਪਦਾ ਕੋਈ ਸਾਹਿਤ ਨਹੀਂ ਹੁੰਦਾ, ਪੰਛੀਆਂ ਦਾ ਕੋਈ ਸਾਹਿਤ ਨਹੀਂ ਹੈ, ਜਿਉਂਦੇ ਉਹ ਵੀ ਹੈ ਅਤੇ ਜਿਉਂਦੇ ਮਨੁੱਖ ਵੀ ਹੈ। ਸੋ ਮਨੁੱਖ ਦਾ ਪਸ਼ੂ ਪੰਛੀਆਂ ਦੇ ਨਾਲੋਂ ਫਰਕ ਕੀ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਹ ਵੀ ਸਾਹਿਤ ਅਤੇ ਸਮਾਜ ਦਾ ਮੇਨ ਪੁਆਇੰਟ ਹੈ ਕਿ ਸਮਾਜਿਕ ਪ੍ਰਾਣੀ। ਠੀਕ ਹੈ, ਦੇਖੋ ਸਮਾਜਿਕ ਪ੍ਰਾਣੀ ਦਾ ਕੀ ਭਾਵ ਹੈ ਕਿ ਮਨੁੱਖ ਇੱਕ ਅਜਿਹਾ ਜੀਵ ਹੈ ਜਿਹੜਾ ਕਿ ਆਪਦੀ ਹੋਂਦ ਦੂਜੇ ਜੀਵਾਂ ਦੇ, ਮਤਲਬ ਆਪਦੇ ਵਰਗੇ ਦੂਜੇ ਮਨੁੱਖਾਂ ਦੇ ਹੋਣ ਦੇ ਕਰਕੇ ਹੀ ਆਪਦੀ ਹੋਂਦ ਨੂੰ ਕਾਇਮ ਰੱਖ ਸਕਦਾ ਹੈ। ਜਿਹੜਾ ਕੋਈ ਪਸ਼ੂ ਪੰਛੀ ਹੋਊਗਾ, ਜਿਵੇਂ ਸਾਡੇ ਘਰਾਂ ਦੇ ਵਿੱਚ ਮੱਝਾਂ ਗਾਵਾਂ ਹੈ ਜਾਂ ਕੋਈ ਪੰਛੀ ਅਸੀਂ ਪਾਲਦੇ ਹਾਂ, ਤਾਂ ਉਹ ਜ਼ਰੂਰੀ ਨਹੀਂ ਕਿ ਆਪਦੇ ਨਾਲਦਿਆਂ ਦੇ ਨਾਲ ਹੀ ਰਹਿਣਾ ਹੋਵੇ। ਅਸੀਂ ਇੱਕ ਮੱਝ ਰੱਖਦੇ ਹਾਂ, ਉਹ ਵੀ ਉਸੇ ਤਰ੍ਹਾਂ ਹੀ ਜਿਹੜਾ ਆਪਣੇ ਘਰ ਦੇ ਵਿੱਚ ਰਹਿ ਲੈਂਦੀ ਹੈ। ਕੋਈ ਪੰਛੀ ਰੱਖਦੇ ਹੋ, ਇੱਕ ਪੰਛੀ ਰਹਿ ਲੈਂਦਾ, ਪਰ ਮਨੁੱਖ ਜਿਹੜਾ ਉਹ ਤਾਂ ਹੀ ਮਨੁੱਖ ਮੰਨਦਾ ਜੇਕਰ ਉਹ ਸਮਾਜ ਦੇ ਵਿੱਚ ਰਹਿੰਦਾ ਹੋਵੇ। ਕਹਿਣ ਦਾ ਭਾਵ ਕਿ ਮਨੁੱਖ ਦੇ ਮੂਲ ਗੁਣ ਜਿਵੇਂ ਉਹਦੀ ਭਾਸ਼ਾ ਹੈ, ਉਹਦੀ ਚੇਤਨਤਾ ਹੈ, ਉਹਦੀ ਬੁੱਧੀ ਹੈ, ਉਹ ਸਿਰਫ ਸਮਾਜ 'ਚ ਰਹਿ ਕੇ ਹੀ ਆਉਂਦੀ ਹੈ। ਪਰ ਪਸ਼ੂਆਂ ਪੰਛੀਆਂ ਦੇ ਨਾਲ ਅਜਿਹਾ ਨਹੀਂ ਹੁੰਦਾ। ਮਨੁੱਖ ਨੂੰ ਜੇਕਰ ਅਸੀਂ ਜੰਗਲ ਦੇ ਵਿੱਚ ਛੱਡ ਆਵਾਂਗੇ ਤਾਂ ਮਨੁੱਖ ਪਸ਼ੂਆਂ ਵਰਗਾ ਹੀ ਬਣ ਜੂਗਾ, ਕੋਈ ਬੱਚਾ ਮਨੁੱਖ ਦਾ ਹੋਊਗਾ, ਸਾਰੇ ਆਪਦਾ ਜੀਵਨ ਉੱਥੇ ਬਤੀਤ ਕਰੂਗਾ। ਤਾਂ ਪਰ ਪਸ਼ੂ ਪੰਛੀ ਜਿਹੜੇ ਆ ਉਹ ਆਪਦੇ ਗੁਣ ਉਸੇ ਤਰ੍ਹਾਂ ਹੀ ਕਾਇਮ ਰੱਖਦੇ ਆ, ਚਾਹੇ ਉਹਨਾਂ ਨੂੰ ਕਿਤੇ ਵੀ ਰੱਖ ਲਓ। ਸੋ ਕਹਿਣ ਦਾ ਭਾਵ ਮਨੁੱਖ ਸਮਾਜਿਕ ਪ੍ਰਾਣੀ ਹੈ। ਹੁਣ ਸਮਾਜਿਕ ਪ੍ਰਾਣੀ ਆਪਦੇ ਜਿਹੜੇ ਵੀ ਕੰਮ ਕਰਨਗੇ ਉਹ ਸਮਾਜ ਦੇ ਨਾਲ ਜੁੜੇ ਹੀ ਹੋਣਗੇ, ਜਿਹਦੇ ਵਿੱਚੋਂ ਸਾਹਿਤ ਵੀ ਇੱਕ ਹੈ। ਸੋ ਸਾਹਿਤ ਅਤੇ ਸਮਾਜ ਦਾ ਇਸ ਕਰਕੇ ਵੀ ਡੂੰਘਾ ਪ੍ਰਭਾਵ ਹੋ ਜਾਂਦਾ ਹੈ। ਤੀਜਾ ਸਾਡਾ ਇਹਦੇ ਵਿੱਚ ਮੇਨ ਪੁਆਇੰਟ ਹੋਊਗਾ ਕਿ ਸਾਹਿਤ ਦਾ ਕੋਈ ਨਾ ਕੋਈ ਮੰਤਵ ਹੁੰਦਾ ਹੈ।
ਸਾਹਿਤ ਦਾ ਕੋਈ ਨਾ ਕੋਈ ਮੰਤਵ ਹੁੰਦਾ ਹੈ। ਠੀਕ ਹੈ, ਕੱਲ੍ਹ ਵੀ ਗੱਲ ਕੀਤੀ ਸੀ ਜਿਵੇਂ ਵੀਡੀਓ ਦੇ ਵਿੱਚ, ਸਾਹਿਤ ਕਲਿਆਣਕਾਰੀ ਤਾਂ ਹੀ ਹੋ ਸਕਦਾ ਜੇਕਰ ਲੋਕਾਂ ਨਾਲ ਜੁੜਿਆ ਹੋਊਗਾ। ਕੁਝ ਸਾਹਿਤ ਦੇ ਆਲੋਚਕ ਅਜਿਹੇ ਨੇ ਜਿਵੇਂ ਡਾਕਟਰ ਹਰਭਜਨ ਸਿੰਘ ਵੀ ਉਹਨਾਂ ਦੇ ਵਿੱਚ ਆਉਂਦੇ ਨੇ, ਜਿਹੜੇ ਕਿ ਸਮਾਜ ਦੇ ਨਾਲ ਜੁੜੀ ਹੋਈ ਗੱਲ ਨਹੀਂ ਸਾਹਿਤ ਨੂੰ ਸਮਝਦੇ। ਉਹ ਸਮਝਦੇ ਆ ਕਿ ਸਾਹਿਤ ਜਿਹੜਾ ਹੈ ਉਹਦੀ ਇੱਕ ਅਲੱਗ ਹੋਂਦ ਹੈ, ਕਲਾ ਜਿਹੜੀ ਆ ਉਹ ਕਲਾ ਲਈ ਹੈ। ਪਰ ਕੁਝ ਜਿਹੜੇ ਸਾਹਿਤ ਆਲੋਚਕ ਹੈ ਜਾਂ ਵਿਦਵਾਨ ਹੈ ਉਹ ਇਹ ਮੰਨਦੇ ਆ ਕਿ ਕਲਾ ਜਿਹੜੀ ਹੈ ਉਹ ਸਮਾਜ ਲਈ ਹੁੰਦੀ ਹੈ। ਸੋ ਸਾਹਿਤ ਦਾ ਉਹ ਕਹਿੰਦੇ ਵੀ ਕੋਈ ਨਾ ਕੋਈ ਮੰਤਵ ਹੁੰਦਾ। ਕੀ ਮੰਤਵ ਹੋ ਸਕਦਾ ਹੈ? ਕਿਸੇ ਪਹਿਲਾ ਮੰਤਵ ਹੋ ਸਕਦਾ ਕਿ ਲੋਕਾਂ ਨੂੰ ਬੁੱਧੀ ਦੇਣਾ, ਦੂਜਾ ਮੰਤਵ ਹੋ ਸਕਦਾ ਕੋਈ ਬੁਰਾਈ ਖਤਮ ਕਰਨੀ ਸਮਾਜ 'ਚੋਂ, ਤੀਜਾ ਮੰਤਵ ਹੋ ਸਕਦਾ ਕੋਈ ਸਹਿਜ ਸਵਾਦ ਦੇਣਾ, ਚੌਥਾ ਮੰਤਵ ਇਹ ਹੋ ਸਕਦਾ ਲੋਕਾਂ ਦੇ ਵਿੱਚ ਭਾਵਨਾਵਾਂ ਨੂੰ ਚੇਂਜ ਕਰਨਾ, ਕੋਈ ਕੋਮਲ ਭਾਵਨਾ ਲੈ ਕੇ ਆਉਣੀ, ਕੋਈ ਗੁੱਸੇ ਵਾਲੀ ਭਾਵਨਾ ਲੈ ਕੇ ਆਉਣੀ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਜਦੋਂ ਲਿਖੀ ਸੀ ਤਾਂ ਉਹਨਾਂ ਦਾ ਕੀ ਮੰਤਵ ਸੀ ਕਿ ਉਸ ਵਕਤ ਦੇ ਜੋ ਸਾਡਾ ਖਾਲਸਾ ਰਾਜ ਉਹਨਾਂ ਨੇ ਬਣਾਇਆ ਸੀ, ਜੋ ਸਿੰਘ ਸਾਜੇ ਸੀ, ਵੀ ਉਹਨਾਂ ਦੇ ਵਿੱਚ ਚੜ੍ਹਦੀ ਕਲਾ ਆਵੇ। ਸੋ ਚੰਡੀ ਦੀ ਵਾਰ ਦਾ ਕੀ ਮੰਤਵ ਸੀ ਕਿ ਉਹਨਾਂ ਨੇ ਯੁੱਧਾਂ ਜੰਗਾਂ ਦੇ ਵਿੱਚ ਜਾਣਾ ਹੁੰਦਾ ਸੀ, ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਉਤਸ਼ਾਹ ਵਾਲਾ ਵੀਰ ਭਾਵ ਆਵੇ ਤਾਂ ਉਹਨਾਂ ਨੇ ਚੰਡੀ ਦੀ ਵਾਰ ਲਿਖੀ। ਤਾਂ ਉਹ ਬੇਸਿਕਲੀ ਕਿਹਦੇ ਨਾਲ ਜੁੜੀ ਹੋਈ ਗੱਲ ਸੀ? ਸਮਾਜ ਦੇ ਨਾਲ। ਤਾਂ ਸਮਾਜ ਦੇ ਨਾਲ ਜੁੜੀ ਹੋਈ ਗੱਲ ਸੀ, ਮਤਲਬ ਉਹਦਾ ਮੰਤਵ ਕੀ ਸੀਗਾ? ਵੀਰ ਰਸ ਪੈਦਾ ਕਰਨਾ, ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ। ਅਤੇ ਸਾਹਿਤ ਜਦੋਂ ਮੰਤਵ ਲੈ ਕੇ ਚੱਲਦਾ ਤਾਂ ਉਹ ਮੰਤਵ ਸਮਾਜ ਲਈ ਹੀ ਹੁੰਦਾ, ਇਸ ਲਈ ਸਾਹਿਤ ਅਤੇ ਸਮਾਜ ਦਾ ਬਹੁਤ ਡੂੰਘਾ ਆਪਸ ਦੇ ਵਿੱਚ ਰਿਸ਼ਤਾ ਹੋ ਜਾਂਦਾ ਹੈ। ਵਿਦਿਆਰਥੀ ਸਾਥੀਓ, ਮਾਰਕਸਵਾਦੀ ਆਲੋਚਕ ਸਾਡੇ ਪਲੇਖਾਨੋਵ, ਉਹਨਾਂ ਦਾ ਕਹਿਣਾ ਹੈ ਕਿ ਸਮਾਜ ਜਿਹੜਾ ਉਹ ਕਲਾਕਾਰ ਵਾਸਤੇ ਨਹੀਂ ਬਣਿਆ, ਸਗੋਂ ਕਲਾਕਾਰ ਸਮਾਜ ਵਾਸਤੇ ਬਣਿਆ ਹੈ। ਕਲਾਕਾਰ ਤੋਂ ਭਾਵ ਇੱਥੇ ਆਪਾਂ ਸਾਹਿਤਕਾਰ ਵੀ ਲੈ ਸਕਦੇ ਹਾਂ ਕਿ ਸਮਾਜ ਉਹਦੇ ਵਾਸਤੇ ਨਹੀਂ ਹੈ, ਸਗੋਂ ਜਿਹੜਾ ਕਲਾਕਾਰ ਹੈ ਜਾਂ ਸਾਹਿਤਕਾਰ ਹੈ ਉਹ ਸਮਾਜ ਵਾਸਤੇ ਬਣਿਆ। ਕਿਵੇਂ? ਕਿਉਂਕਿ ਉਸਨੇ ਹੀ ਸਮਾਜ ਦੀਆਂ ਗੱਲਾਂ ਸਮਾਜ ਨੂੰ ਦੱਸਣੀਆਂ ਹੁੰਦੀਆਂ, ਉਹ ਨੁਮਾਇੰਦਾ ਹੁੰਦਾ ਹੈ ਲੋਕਾਂ ਦਾ, ਲੋਕਾਂ ਦੇ ਜੋ ਦੁੱਖ ਦਰਦ ਨੇ, ਲੋਕਾਂ ਦੇ ਵਿੱਚ ਜੋ ਭਾਵਨਾਵਾਂ ਨੇ ਉਹਦੀ ਪ੍ਰਤੀਨਿਧਤਾ ਜਿਹੜੀ ਹੈ ਉਹ ਸਾਹਿਤਕਾਰ ਨੇ ਕਰਨੀ ਹੁੰਦੀ ਹੈ। ਕੋਈ ਆਮ ਬੰਦਾ ਆਵਾਜ਼ ਨਹੀਂ ਉਠਾ ਸਕਦਾ ਕਿਉਂਕਿ ਉਹਦੇ ਵਿੱਚ ਗੱਲ ਕਹਿਣ ਦੀ ਕਲਾ ਨਹੀਂ ਹੁੰਦੀ, ਪਰ ਸਾਹਿਤਕਾਰ ਜਾਂ ਕਵੀ ਉਹ ਉਸ ਗੱਲ ਨੂੰ ਬਹੁਤ ਰੌਚਿਕ ਢੰਗ ਦੇ ਨਾਲ, ਬਹੁਤ ਪ੍ਰਭਾਵਸ਼ਾਲੀ ਢੰਗ ਦੇ ਨਾਲ ਕਹਿ ਸਕਦੇ ਆ। ਇਸ ਲਈ ਉਹਨਾਂ ਦਾ ਫਰਜ਼ ਵੀ ਬਣਦਾ ਹੁੰਦਾ ਹੈ ਅਤੇ ਉਹਨਾਂ ਦਾ ਮੁੱਢਲਾ ਇੱਕ ਕਰਤੱਵ ਹੈ, ਅਤੇ ਦੂਸਰੀ ਗੱਲ ਕਿ ਉਹਨਾਂ ਦਾ ਉਦੇਸ਼ ਵੀ ਇਹੀ ਹੋਣਾ ਚਾਹੀਦਾ ਕਿ ਉਹ ਲੋਕਾਂ ਵਾਸਤੇ ਬੋਲਣ। ਜਿਵੇਂ ਪਿੱਛੇ ਇੱਕ ਕਿਸਾਨੀ ਸੰਘਰਸ਼ ਚੱਲਿਆ ਤਾਂ ਉਦੋਂ ਸਾਡੇ ਲੋਕਾਂ ਦੀਆਂ ਕਿੰਨੀਆਂ ਆਸਾਂ ਸੀ ਕਿ ਫਲਾਨਾ ਕਲਾਕਾਰ ਵੀ ਬੋਲੇ, ਫਲਾਨਾ ਵੀ ਗਾਵੇ, ਉਹ ਕਵੀ ਵੀ ਕਵਿਤਾ ਲਿਖੇ, ਜਿਹੜਾ ਵੀ ਲਿਖਦਾ ਸੀ ਉਹ ਲੋਕਾਂ ਦੇ ਸਤਿਕਾਰ ਦਾ ਪਾਤਰ ਬਣ ਰਿਹਾ ਸੀ, ਜੇਕਰ ਕੋਈ ਨਹੀਂ ਬੋਲ ਰਿਹਾ ਸੀ ਤਾਂ ਲੋਕ ਉਸ ਨੂੰ ਸਵਾਲ ਕਰ ਰਹੇ ਸੀ ਕਿ ਤੁਸੀਂ ਕਿਉਂ ਨਹੀਂ ਬੋਲ ਰਹੇ। ਤਾਂ ਇਹਦਾ ਮਤਲਬ ਇਹ ਸੀ ਕਿ ਲੋਕ ਉਹਨਾਂ ਨੂੰ ਉਹਨਾਂ ਦਾ ਆਹ ਵਾਲਾ ਮੰਤਵ ਜਿਹੜਾ ਉਹ ਯਾਦ ਕਰਾ ਰਹੇ ਸੀ ਜਿਹਦੀ ਗੱਲ ਪਲੇਖਾਨੋਵ ਨੇ ਕੀਤੀ ਹੈ। ਹੁਣ ਸਭ ਤੋਂ ਮੇਨ ਗੱਲ, ਸਾਹਿਤ ਜਿਹੜਾ ਉਹ ਲੋਕਾਂ ਤੱਕ ਪਹੁੰਚਦਾ ਕਾਹਦੇ ਰਾਹੀਂ ਆ? ਸਾਨੂੰ ਸਭ ਨੂੰ ਪਤਾ ਕਿ ਸਾਹਿਤ ਦਾ ਜ਼ਰੀਆ ਕੀ ਹੈ? ਭਾਸ਼ਾ। ਠੀਕ ਹੈ, ਹੁਣ ਭਾਸ਼ਾ ਜਿਹੜੀ ਹੈ ਇਹ ਹੁਣ ਕਿਤੋਂ ਅਸੀਂ ਅੰਬਰਾਂ ਤੋਂ ਤਾਂ ਤਾਰ ਕੇ ਨਹੀਂ ਲੈ ਕੇ ਆਉਂਦੀ। ਜਿਹੜਾ ਵੀ ਸਾਹਿਤਕਾਰ ਜਾਂ ਕਲਾਕਾਰ ਹੋਊਗਾ ਉਸਨੂੰ ਆਪਣੀ ਗੱਲ ਕਹਿਣ ਦੇ ਲਈ ਭਾਸ਼ਾ ਦੀ ਲੋੜ ਪਊਗੀ। ਤਾਂ ਭਾਸ਼ਾ ਕਿਸ ਨੇ ਬਣਾਈ ਹੈ? ਸਮਾਜ ਨੇ। ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਕਈ ਵਾਰੀ ਪੇਪਰ ਦੇ ਵਿੱਚ ਪ੍ਰਸ਼ਨ ਆਉਂਦਾ ਕਿ ਕੀ ਭਾਸ਼ਾ ਜਿਹੜੀ ਹੈ ਉਹ ਜੀਨਸ ਤੋਂ ਪ੍ਰਾਪਤ ਕੀਤੀ ਗਈ ਹੈ, ਭਾਵ ਕਿ ਤੁਸੀਂ ਮਾਂ ਦੇ ਢਿੱਡ 'ਚੋਂ ਭਾਸ਼ਾ ਸਿੱਖ ਕੇ ਆਏ ਹੋ? ਤਾਂ ਉਹਦਾ ਜਵਾਬ ਹੁੰਦਾ ਵੀ ਨਹੀਂ। ਉਹਦਾ ਆਂਸਰ, ਅਸਲੀ ਆਂਸਰ ਕੀ ਹੈ ਕਿ ਭਾਸ਼ਾ ਜਿਹੜੀ ਅਸੀਂ ਸਮਾਜ ਤੋਂ ਸਿੱਖੀ ਹੈ, ਆਪਦੇ ਵਿਰਸੇ 'ਚੋਂ ਪ੍ਰਾਪਤ ਕੀਤੀ ਹੈ। ਸੋ ਭਾਸ਼ਾ ਉਸੇ ਤਰ੍ਹਾਂ ਸਾਹਿਤਕਾਰ ਨੇ ਵੀ ਸਮਾਜ ਦੇ ਵਿੱਚੋਂ ਹੀ ਭਾਸ਼ਾ ਲਈ ਹੁੰਦੀ ਹੈ। ਸੋ ਸਭ ਤੋਂ ਮੇਨ ਗੱਲ ਹੈ ਜਿਹਦੇ ਬਿਨਾਂ ਸਾਹਿਤ ਆਪਣੀ ਹੋਂਦ ਧਾਰ ਹੀ ਨਹੀਂ ਸਕਦਾ, ਉਹ ਹੈ ਭਾਸ਼ਾ। ਭਾਸ਼ਾ ਅਸੀਂ ਸਮਾਜ ਤੋਂ ਲੈਂਦੇ ਹਾਂ, ਤਾਂ ਇਹਦਾ ਮਤਲਬ ਕੀ ਹੋਇਆ ਕਿ ਸਾਹਿਤ ਸਮਾਜ ਦੇ ਬਿਨਾਂ ਕੋਈ ਹੋਂਦ ਰੱਖਦਾ ਹੀ ਨਹੀਂ ਹੈ।
ਜੇਕਰ ਕੋਈ ਕਲਾਕਾਰ ਜਾਂ ਕੋਈ ਵਿਅਕਤੀ ਜੰਗਲਾਂ ਦੇ ਵਿੱਚ ਰਹਿ ਰਿਹਾ ਹੈ ਤਾਂ ਉਹ ਕਦੇ ਵੀ ਮੈਦਾਨਾਂ ਦੀ ਗੱਲ ਨਹੀਂ ਕਰ ਸਕੂਗਾ। ਜੇਕਰ ਕੋਈ ਪਹਾੜਾਂ ਦੇ ਵਿੱਚ ਰਹਿ ਰਿਹਾ ਹੈ ਤਾਂ ਉਹ ਪਹਾੜਾਂ ਦੀ ਗੱਲ ਉਹੀ ਬੰਦਾ ਸਹੀ ਤਰੀਕੇ ਨਾਲ ਕਰ ਸਕਦਾ। ਕਹਿਣ ਦਾ ਭਾਵ ਜਿੱਥੇ ਬੰਦਾ ਰਹਿੰਦਾ ਉਹਦਾ ਉਹੋ ਜਿਹਾ ਅਨੁਭਵ ਬਣਦਾ, ਅਨੁਭਵ ਤੋਂ ਹੀ ਉਸਨੇ ਸਾਹਿਤ ਰਚਨਾ ਹੁੰਦਾ। ਇੱਕ ਗੱਲ ਅਸੀਂ ਕੱਲ੍ਹ ਕੀਤੀ ਸੀ ਸਾਹਿਤ ਦੇ ਤੱਤ ਵਿੱਚ ਸ਼ੈਲੀ ਦੀ, ਠੀਕ ਹੈ, ਸ਼ੈਲੀ ਦੇ ਵਿੱਚ ਸਟਾਈਲ ਆ ਗਿਆ ਸੀ, ਠੀਕ ਹੈ, ਵੀ ਕਿਸੇ ਢੰਗ ਕਿਸੇ ਗੱਲ ਨੂੰ ਕਹਿਣ ਦਾ ਢੰਗ, ਤਾਂ ਉਹ ਢੰਗ ਵੀ ਕਿੱਥੋਂ ਪ੍ਰਾਪਤ ਕਰਦਾ ਹੈ ਸਾਹਿਤਕਾਰ? ਉਹ ਵੀ ਅਸੀਂ ਪ੍ਰਾਪਤ ਕਰਦੇ ਹਾਂ ਸਮਾਜ ਤੋਂ। ਉਹ ਕਿਵੇਂ? ਜਿਸ ਤਰ੍ਹਾਂ ਅਸੀਂ ਕੋਈ ਕਵੀ ਹੈ, ਉਸਨੇ ਆਪਣੀ ਕਵਿਤਾ ਨੂੰ ਬਹੁਤ ਸੋਹਣਾ ਬਣਾਉਣਾ ਚਾਹੁੰਦਾ ਵੀ ਲੋਕ ਉਹਦੀ ਕਵਿਤਾ ਨੂੰ ਵੱਧ ਤੋਂ ਵੱਧ ਪੜ੍ਹਨ, ਜਾਂ ਕੋਈ ਨਾਵਲਕਾਰ ਹੈ ਉਹ ਆਪਦੇ ਨਾਵਲ ਨੂੰ ਰੌਚਕ ਬਣਾਉਣਾ ਚਾਹੁੰਦਾ, ਉਹਦੇ ਲਈ ਸਭ ਤੋਂ ਮੇਨ ਸ਼ਰਤ ਕੀ ਹੈ ਕਿ ਉਹਦੀ ਭਾਸ਼ਾ ਜਿਹੜੀ ਹੈ ਉਹ ਲੋਕਾਂ ਦੀ ਭਾਸ਼ਾ ਹੋਵੇ, ਲੋਕ ਉਸਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋਣ। ਉਸ ਭਾਸ਼ਾ ਨੂੰ ਸ਼ਿੰਗਾਰਨ ਦੇ ਲਈ ਉਸਨੂੰ ਕੁਛ ਅਲੰਕਾਰ ਚਾਹੀਦੇ ਹੋਣਗੇ, ਠੀਕ ਹੈ, ਕੁਝ ਬਿੰਬ ਚਾਹੀਦੇ ਹੋਣਗੇ, ਕੁਝ ਪ੍ਰਤੀਕ ਚਾਹੀਦੇ ਹੋਣਗੇ, ਠੀਕ ਹੈ, ਇਸ ਤਰ੍ਹਾਂ ਕੁਝ ਮੁਹਾਵਰੇ ਚਾਹੀਦੇ ਹੋਣਗੇ, ਅਖਾਣ ਚਾਹੀਦੇ ਹੋਣਗੇ। ਇਹ ਸਾਰਾ ਕੁਝ ਸਾਨੂੰ ਕਿੱਥੋਂ ਮਿਲੂਗਾ ਜੇਕਰ ਉਹ ਸਮਾਜ ਦੇ ਵਿੱਚ ਰਹਿ ਰਿਹਾ? ਤਾਂ ਇਹ ਸਾਰਾ ਕੁਝ ਵੀ ਉਹ ਸਮਾਜ 'ਚੋਂ ਹੀ ਪ੍ਰਾਪਤ ਕਰੂਗਾ। ਤਾਂ ਸਮਾਜ ਨਾਲੋਂ ਅਸੀਂ ਸਾਹਿਤ ਨੂੰ ਕਿਸੇ ਵੀ ਤਰ੍ਹਾਂ ਨਾਲ ਵਿਛੋੜ ਕੇ ਨਹੀਂ ਵੇਖ ਸਕਦੇ। ਇਹ ਦੋਨੇ ਆਪਸ ਦੇ ਵਿੱਚ ਡੂੰਘੀ ਤਰ੍ਹਾਂ ਜੁੜੇ ਹੁੰਦੇ ਆ, ਕਿਉਂਕਿ ਸਮਾਜ ਦੀ ਹੀ ਉਹਨੇ ਗੱਲ ਕਰਨੀ ਹੁੰਦੀ ਹੈ, ਸਮਾਜ ਬਿਨਾਂ ਉਹਦੇ ਕੋਲ ਕੋਈ ਵਿਸ਼ੇ ਨਹੀਂ ਹੁੰਦੇ। ਜੇਕਰ ਕੋਈ ਕਲਾਕਾਰ ਅੱਜ ਇਹ ਕਰੇ ਕਿ ਉਹ ਸਮਾਜ ਨਾਲੋਂ ਤੋੜ ਦੇਵੇ, ਉਹ ਕਹਿ ਦੇਵੇ ਕਿ ਕਲਾ ਕਲਾ ਲਈ ਹੀ ਹੈ, ਹਾਲਾਂਕਿ ਇਹ ਸੰਕਲਪ ਅੱਜ ਵੀ ਚੱਲ ਰਿਹਾ, ਕਈ ਲੋਕ ਅੱਜ ਵੀ ਮੰਨਦੇ ਆ ਕਿ ਕਲਾ ਕਲਾ ਲਈ ਹੀ ਹੈ, ਵੀ ਸਮਾਜ ਜਿੱਧਰ ਮਰਜ਼ੀ ਜਾਵੇ ਕਲਾਕਾਰ ਨੇ ਆਪਦਾ ਕੰਮ ਕਰਨਾ, ਉਹਨੇ ਆਪਦੀ ਕਲਾ ਦਿਖਾਉਣੀ ਹੈ। ਜਿਵੇਂ ਪਾਸ਼ ਆਪਣੀ ਇੱਕ ਕਵਿਤਾ ਦੇ ਵਿੱਚ ਗੱਲ ਕਰਦਾ ਕਿ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ। ਅਸਲ ਦੇ ਵਿੱਚ ਉਹਦਾ ਇੱਥੇ ਇਹੀ ਮੰਤਵ ਹੈ ਕਿ ਮੇਰੀ ਜਿਹੜੀ ਕਵਿਤਾ ਹੈ ਉਹ ਹਮੇਸ਼ਾ ਲੋਕਾਂ ਦੀ ਗੱਲ ਕਰੂਗੀ, ਕਿ ਮੈਂ ਉਹਨਾਂ ਸੋਝ ਸਵਾਦਾਂ ਦੇ ਵਿੱਚ ਨਹੀਂ ਪੈਣਾ ਕਿ ਮੈਂ ਸਿਰਫ ਕਲਾ ਨੂੰ ਕਲਾ ਦੇ ਲਈ ਹੀ ਬਣਾਈ ਜਾਵਾਂ, ਮੈਂ ਬਾਹਰ ਨਿਕਲ ਕੇ ਦੇਖਾਂ ਹੀ ਨਾ, ਮੈਂ ਸਿਰਫ ਆਪਦੇ ਸਾਹਿਤ ਨੂੰ ਸ਼ਿੰਗਾਰਨ 'ਤੇ ਹੀ ਲੱਗਿਆ ਰਹਾਂ, ਤਾਂ ਉਹ ਸਾਹਿਤ ਲੋਕਾਂ ਦੇ ਕਿਸੇ ਕੰਮ ਦਾ ਨਹੀਂ ਆ। ਹੋ ਸਕਦਾ ਮਹੀਨੇ ਦੋ ਮਹੀਨੇ ਲਈ ਉਸ ਗੱਲ ਦੀ ਚਰਚਾ ਹੋ ਜਾਵੇ, ਪਰ ਜਦੋਂ ਐਂਡ 'ਤੇ ਤੁਹਾਡੀ ਸਾਹਿਤ ਕਿਰਤ ਦਾ ਕਿਸੇ ਲੁਕਾਈ ਨੂੰ ਭਲਾ ਨਹੀਂ ਹੋ ਰਿਹਾ, ਤਾਂ ਤੁਸੀਂ ਉਸ ਸਾਹਿਤ ਕਿਰਤ ਨੂੰ ਉੱਤਮ ਨਹੀਂ ਕਹਿ ਸਕਦੇ। ਇਸ ਲਈ ਕਲਾ ਜਿਹੜੀ ਹੈ ਉਹ ਸਮਾਜ ਲਈ ਹੋਵੇ ਤਾਂ ਉਹ ਜ਼ਿਆਦਾ ਮਹੱਤਵ ਗ੍ਰਹਿਣ ਕਰਦੀ ਹੈ, ਠੀਕ ਹੈ, ਕਲਾ ਸਮਾਜ ਲਈ। ਤਾਂ ਮੈਂ ਇਹ ਆਸ ਕਰਦੀ ਹਾਂ ਕਿ ਤੁਸੀਂ ਇਸ ਛੋਟੀ ਜਿਹੀ ਵੀਡੀਓ ਰਾਹੀਂ ਇਹ ਗੱਲ ਸਮਝਣ ਦੇ ਵਿੱਚ ਕਾਮਯਾਬ ਹੋਏ ਹੋਵੋਗੇ ਕਿ ਸਾਹਿਤ ਸਮਾਜ ਦੇ ਨਾਲ ਕਿਵੇਂ ਜੁੜਿਆ ਹੋਇਆ ਹੈ। ਬਾਕੀ ਜਿਹੜੇ ਵਿਦਿਆਰਥੀ ਜਾਂ ਸਿੱਖਿਆਰਥੀ ਸਾਹਿਤ ਦੇ ਨਾਲ ਖੁਦ ਜੁੜੇ ਹੋਏ ਆ, ਸਾਹਿਤ ਦੀ ਮਹੱਤਤਾ ਨੂੰ ਸਮਝਦੇ ਆ, ਤਾਂ ਉਹ ਚੰਗੀ ਤਰ੍ਹਾਂ ਇਸ ਗੱਲ ਨੂੰ ਵੀ ਜਾਣਦੇ ਹੋਣਗੇ ਕਿ ਸਾਹਿਤ ਸਮਾਜ ਬਿਨਾਂ ਬਿਲਕੁਲ ਅਧੂਰਾ ਹੈ। ਅਤੇ ਇੱਕ ਗੱਲ ਹੋਰ ਅਖੀਰ ਦੇ ਵਿੱਚ ਮੈਂ ਕਰਕੇ ਜਾਵਾਂਗੀ ਕਿ ਜਿਵੇਂ ਮੈਂ ਕਿਹਾ ਕਿ ਸਾਹਿਤ ਜਿਹੜਾ ਹੈ ਉਹ ਸਮਾਜ ਤੋਂ ਹੀ ਪ੍ਰੇਰਨਾ ਲੈਂਦਾ, ਸਮਾਜ ਤੋਂ ਹੀ ਵਿਸ਼ੇ ਲੈਂਦਾ, ਪਰ ਕਈ ਵਾਰ ਅਜਿਹੀ ਵੀ ਘਟਨਾ ਵਾਪਰਦੀ ਹੈ, ਅਜਿਹਾ ਵੀ ਹੁੰਦਾ ਕਿ ਸਾਹਿਤ ਵੀ ਸਮਾਜ ਨੂੰ ਸੇਧ ਦਿੰਦਾ ਹੈ, ਸਾਹਿਤ ਵੀ ਸਮਾਜ ਨੂੰ ਸੇਧ ਦਿੰਦਾ ਹੈ। ਜਿਵੇਂ ਹੁਣ ਤੱਕ ਸਾਡੀ ਵੀਡੀਓ 'ਚ ਚਰਚਾ ਸੀਗੀ ਕਿ ਜਿਹੜਾ ਸਾਹਿਤ ਹੈ ਉਹ ਸਮਾਜ ਬਿਨਾਂ ਕੁਝ ਨਹੀਂ ਹੋ ਸਕਦਾ, ਸਮਾਜ ਬਿਨਾਂ ਉਹਦਾ ਕੋਈ ਰੂਪ ਨਹੀਂ, ਪਰ ਸਾਹਿਤ ਵੀ ਸਮਾਜ ਨੂੰ ਉਲਟਾ ਕਈ ਵਾਰੀ ਘੜਨ ਦੇ ਵਿੱਚ ਮਦਦ ਕਰਦਾ। ਜਿਵੇਂ ਸਭ ਤੋਂ ਵੱਡੀ ਸਾਡੇ ਕੋਲ ਉਦਾਹਰਣ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਗੁਰੂ ਨਾਨਕ ਦੇਵ ਤੋਂ ਪਹਿਲਾਂ ਸਾਡਾ ਜਿਹੜਾ ਪੰਜਾਬੀ ਸਮਾਜ ਸੀ ਜਾਂ ਪੰਜਾਬ ਵਾਲਾ ਏਰੀਆ ਸੀ ਜਾਂ ਹਿੰਦੁਸਤਾਨ ਦਾ ਉੱਤਰੀ ਭਾਰਤ ਦਾ ਏਰੀਆ ਹੀ ਲਾ ਲਓ, ਉਹਦੇ ਵਿੱਚ ਜਾਤਾਂ ਪਾਤਾਂ ਜਾਂ ਵਹਿਮ ਭਰਮ ਬੜੇ ਫੈਲੇ ਹੋਏ ਸੀ, ਪਰ ਗੁਰੂ ਨਾਨਕ ਉਸ ਸਮੇਂ ਦੇ ਅਜਿਹੇ ਬਲਵਾਨ ਸਾਹਿਤਕਾਰ ਹੋਏ ਹੈ ਕਿ ਉਹਨਾਂ ਦੀ ਬਾਣੀ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਸਿੱਖ ਧਰਮ ਨੂੰ ਵੀ ਅਪਣਾਇਆ
ਦੂਜੀ ਗੱਲ ਉਹਨਾਂ ਦੇ ਵਿਚਾਰਾਂ ਨੂੰ ਵੀ ਅਪਣਾਇਆ ਅਤੇ ਉਹ ਵਿਚਾਰ 550 ਸਾਲ ਲੰਘਣ ਤੋਂ ਬਾਅਦ ਵੀ ਸਾਡੇ ਘਰਾਂ ਦੇ ਵਿੱਚ ਜਿਉਂ ਦੀ ਤਿਉਂ ਲਾਗੂ ਹੋ ਰਹੇ ਆ। ਅੱਜ ਵੀ ਅਸੀਂ ਕਿਰਤ ਕਰੋ ਅਤੇ ਵੰਡ ਛਕੋ ਅਤੇ ਨਾਮ ਜਪੋ ਦੇ ਧਾਰਨੀ। ਇਹਦਾ ਕਹਿਣ ਦਾ ਭਾਵ ਕੀ ਹੋਇਆ ਕਿ ਕਿਸੇ ਇੱਕ ਸਾਹਿਤਕਾਰ ਨੇ ਕਿਸੇ ਸਮਾਜ 'ਤੇ ਇੰਨੇ ਲੰਮੇ ਸਮੇਂ ਦੇ ਲਈ ਪ੍ਰਭਾਵ ਪਾਇਆ। ਹੋਰ ਵੀ ਜਿਹੜੇ ਵੀ ਦੁਨੀਆ ਦੇ ਵਿੱਚ ਮਹਾਨ ਸਾਹਿਤਕਾਰ ਹੋਏ ਆ ਉਹਨਾਂ ਦੀਆਂ ਲਿਖਤਾਂ ਅੱਜ ਤੱਕ ਵੀ ਸਾਡਾ ਰਾਹ ਰੁਸ਼ਨਾ ਰਹੀਆਂ। ਅਸੀਂ ਅਰਸਤੂ ਪਲੈਟੋ ਦੀ ਗੱਲ ਕਰ ਲਈਏ, ਗੁਰੂ ਨਾਨਕ ਸਾਹਿਬ ਦੀ ਗੱਲ ਕਰ ਲਈ, ਗੁਰੂ ਗੋਬਿੰਦ ਸਿੰਘ ਦੀ ਗੱਲ ਕਰ ਲਈਏ ਜਾਂ ਹੀਰ ਵਾਰਸ ਦੀ ਗੱਲ ਕਰ ਲਈਏ, ਤਾਂ ਇਹ ਅਜਿਹੀਆਂ ਕੁਝ ਕਿਰਤਾਂ ਨੇ ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੱਕ ਸਮਾਜ ਦੇ ਵਿੱਚ ਉਸੇ ਤਰ੍ਹਾਂ ਚੱਲਣਾ ਅਤੇ ਉਸੇ ਤਰ੍ਹਾਂ ਮਹੱਤਵ ਗ੍ਰਹਿਣ ਕਰੀ ਰੱਖਣਾ। ਤਾਂ ਕਹਿਣ ਦਾ ਭਾਵ ਕਿ ਇਹ ਇੱਕ ਇੰਟਰਚੇਂਜ ਹੁੰਦੀ ਰਹਿੰਦੀ ਹੈ, ਗੱਲ ਅੰਤਰ ਵਟਾਂਦਰਾਂ ਹੁੰਦਾ ਰਹਿੰਦਾ। ਕਦੇ ਸਮਾਜ ਸਾਹਿਤ ਨੂੰ ਕੁਝ ਦਿੰਦਾ ਹੈ ਅਤੇ ਕਦੇ ਸਾਹਿਤ ਸਮਾਜ ਨੂੰ ਸੇਧ ਦਿੰਦਾ ਹੈ, ਨਵੀਂ ਧਾਰਨਾ ਦਿੰਦਾ ਹੈ, ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਵੀਡੀਓ ਸਾਹਿਤ ਅਤੇ ਸਮਾਜ ਦੀ। ਤੁਸੀਂ ਜੁੜੇ ਰਹੋ ਸਾਡੇ ਨਾਲ, ਅਸੀਂ ਹੋਰ ਅਨੁਸ਼ਾਸਨਾਂ ਬਾਰੇ ਵੀ ਇਸ ਲੜੀ ਤਹਿਤ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ।